मोगा तो सबका विधायक हरजोत सिंह कमल के उत्ते लगे इल्जामों के मामले च पंजाब के वित्त मंत्री हरपाल सिंह चीमा अज मोगा अदालत च पेश होए। दस दिए कि 2020 दे विच हरपाल सिंह चीमा वालों एक प्रेस कॉन्फ्रेंस करके हरजोत सिंह कमल के उत्ते एक इल्जाम लगाए सन। उन्होंने कहा कि मोगा हाईवे की जमीन एक्वायर करने के लिए हरजोत सिंह कमल के खाते में पैसे आए सन, पर हरजोत सिंह कमल वालों इन्हों इल्जामों नकारते हुए हरपाल सिंह चीमा के उत्ते मान हानि का केस किया, जिसन लैके अज हरपाल सिंह चीमा मोगा अदालत च पेश होए। आओ सुन लेंदे हैं कि कुछ कहना है हरपाल सिंह चीमा का अते हरजोत सिंह कमल का। ਸੰਮਨ ਰਸੀਵ ਹੋਏ ਸੀ, ਉਹਨਾਂ ਸੰਮਨਾਂ ਦੇ ਅਧੀਨ ਮਾਨਯੋਗ ਅਦਾਲਤ 'ਚ ਪੇਸ਼ ਹੋਇਆ ਸੀ ਅਤੇ ਔਰ ਆਪਣੇ ਬੇਲ ਬੌਂਡ ਸ਼ਿਓਰਟੀ ਬੌਂਡ ਸਬਮਿਟ ਕੀਤੇ। ਦੇਖੋ ਹੁਣ ਮੈਟਰ ਜਿਹੜਾ ਹੈਗਾ ਉਹ ਅਦਾਲਤ ਦੇ ਵਿੱਚ ਪੈਂਡਿੰਗ ਪਿਆ ਹੈਗਾ, ਸੋ ਅਦਾਲਤ ਨੇ ਫੈਸਲਾ ਕਰਨਾ ਹੈਗਾ, ਸੋ ਜਦੋਂ ਫੈਸਲਾ ਆਊਗਾ ਉਦੋਂ ਇਹਦੇ 'ਤੇ ਗੱਲ ਕਰਾਂਗੇ। ਹੁਣ ਮੈਟਰ ਜਿਹੜਾ ਉਹ ਸਭ ਜੁੜਾਈ ਸਰ ਜੀਵਾ ਸਾਹਿਬ ਉਹਨਾਂ ਦਾ ਕਹਿਣਾ ਸੀਗਾ ਕਿ ਕੋਈ ਪ੍ਰੈਸ ਕਾਨਫਰੰਸ ਕੀਤੀ ਸੀ ਤੁਹਾਡੇ ਵੱਲੋਂ, ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਕਿਹਾ ਗਿਆ ਸੀਗਾ ਕਿ ਦੇਖੋ ਮੈਂ ਫਿਰ ਦੁਹਰਾ ਰਿਹਾ ਕਿ ਮੈਟਰ ਜਿਹੜਾ ਉਹ ਕੋਰਟ ਦੇ ਅਧੀਨ ਆ, ਸਭ ਜੁੜਾਈ ਸੀਗਾ, ਜਦੋਂ ਫੈਸਲਾ ਆਊਗਾ ਫਿਰ ਗੱਲ ਕਰਾਂਗੇ। ਅੱਜ ਜਿਹੜਾ ਹੈਗਾ ਅਸੀਂ ਆਪਣੇ ਸ਼ਿਓਰਟੀ ਬੌਂਡ ਬੇਲ ਬੌਂਡ ਸਬਮਿਟ ਕੀਤੇ। ਪੰਜਾਬ ਦੇ ਲੋਕਾਂ ਨੇ ਇਸ ਵਾਰ ਬਹੁਤ ਵੱਡਾ ਬਦਲਾਅ ਪੰਜਾਬ 'ਚ ਕੀਤਾ ਗਾ। ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਗਾ, ਜਿਨ੍ਹਾਂ ਨੂੰ ਦਿੱਲੀ ਦਿਆਂ ਨੇ ਮੁੱਖ ਮੰਤਰੀ ਬਣਾਇਆ ਸੀ ਚਰਨਜੀਤ ਸਿੰਘ ਚੰਨੀ ਨੂੰ, ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਰਿਜੈਕਟ ਕਰਤਾ, ਰੱਦ ਕਰਤਾ ਗਾ। ਸੋ ਕਾਂਗਰਸ ਪਾਰਟੀ ਜਿਹੜੀ ਆ ਉਹ ਜੋ ਕੁਛ ਮਰਜ਼ੀ ਬੋਲੀ ਜਾਵੇ, ਆਮ ਆਦਮੀ ਪਾਰਟੀ ਜਿਹੜੀ ਆ ਉਹ ਨੈਸ਼ਨਲ ਪਾਰਟੀ ਆ। ਜਦੋਂ ਅਸੀਂ ਪੰਜਾਬ 'ਚ ਇਲੈਕਸ਼ਨ ਲੜੀ ਸੀਗੀ ਤਾਂ ਸਾਡਾ ਦਿੱਲੀ ਦਾ ਗੁੱਡ ਗਵਰਨੈਂਸ ਦਾ ਮਾਡਲ, ਅਰਵਿੰਦ ਕੇਜਰੀਵਾਲ ਜੀ ਦਾ ਹੈਲਥ ਦਾ ਮਾਡਲ, ਸਕੂਲਾਂ ਦਾ ਮਾਡਲ, ਉਹ ਸਾਰਿਆਂ ਨੂੰ ਉਸ ਨੂੰ ਲੈ ਕੇ ਇਲੈਕਸ਼ਨ ਲੜੀ ਸੀ ਔਰ ਪੰਜਾਬ ਦੇ ਲੋਕਾਂ ਨੇ ਉਸ ਮਾਡਲ 'ਤੇ ਮੋਹਰ ਲਾਈ ਸੀ ਔਰ ਉਸ ਮਾਡਲ ਦੇ ਤਹਿਤ ਹੀ ਅਸੀਂ ਪੰਜਾਬ 'ਚ ਕੰਮ ਕਰ ਰਹੇ ਹਾਂ। ਜਿੰਨੀਆਂ ਗਰੰਟੀਆਂ ਅਰਵਿੰਦ ਕੇਜਰੀਵਾਲ ਜੀ ਨੇ, ਜਿੰਨੀਆਂ ਗਰੰਟੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਤੀਆਂ ਸੀ, ਉਹ ਸਾਰੀਆਂ ਗਰੰਟੀਆਂ 'ਤੇ ਕੰਮ ਕਰ ਰਿਹਾ। ਪਹਿਲੀ ਵੱਡੀ ਗਰੰਟੀ ਸੀ ਕਿ ਪੰਜਾਬ ਦੇ ਅੰਦਰ 300 ਯੂਨਿਟ ਹਰੇਕ ਘਰ ਨੂੰ ਮੁਫਤ ਬਿਜਲੀ ਦੇਣੀ, ਉਹ ਗਰੰਟੀ 100% ਪੂਰੀ ਹੋ ਚੁੱਕੀ ਆ। ਦੂਜੀ ਗਰੰਟੀ ਸੀ ਕਿ ਸਕੂਲਾਂ ਦੀ ਕਾਇਆਕਲਪ ਕਰਨੀ, ਸਕੂਲਾਂ ਦੇ ਵਿੱਚ ਅੱਛੀ ਐਜੂਕੇਸ਼ਨ ਜਿਹੜੀ ਆ ਸਾਡੇ ਬੱਚਿਆਂ ਨੂੰ ਦੇਣੀ, ਉਹਦੇ 'ਤੇ ਕੰਮ ਸ਼ੁਰੂ ਹੋ ਚੁੱਕਿਆ ਗਾ। ਉਹਦੇ ਲਈ ਪਹਿਲੀ ਵਾਰ ਹੋਇਆ ਕਿ 17% ਜਿਹੜਾ ਬਜਟ ਅਸੀਂ ਪਿਛਲੇ ਸਾਲ ਪੇਸ਼ ਕੀਤਾ ਸੀਗਾ, 17% ਵਾਧੇ ਦਾ ਬਜਟ ਅਸੀਂ ਪੇਸ਼ ਕੀਤਾ ਸੀ। ਤੀਜੀ ਸਾਡੀ ਵੱਡੀ ਗਰੰਟੀ ਸੀ ਕਿ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਬਣਾਵਾਂਗੇ, ਉਹਦੇ 'ਤੇ ਕੰਮ ਸ਼ੁਰੂ ਹੋ ਚੁੱਕਿਆ ਗਾ ਔਰ ਮਹੱਲਾ ਕਲੀਨਿਕ ਪੰਜਾਬ 'ਚ ਬਣ ਰਹੇ ਨੇਗੇ। ਪੰਜਾਬ ਨੂੰ ਕਰਪਸ਼ਨ ਫਰੀ ਸਟੇਟ ਬਣਾਉਣਾ ਗਾ। ਪੰਜਾਬ ਵਿੱਚ ਰਿਸ਼ਵਤਖੋਰੀ ਜਿਹੜੀ ਉਹ ਸਿਖਰਾਂ 'ਤੇ ਸੀਗੀ। ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ BJP ਨੇ ਕਰਪਸ਼ਨ ਦਾ ਬੂਟਾ ਲਾਇਆ ਸੀ, ਉਹ ਵੱਡਾ ਕਾਂਗਰਸ ਪਾਰਟੀ ਨੇ ਕੀਤਾ ਸੀ। ਤਿੰਨਾਂ ਪਾਰਟੀਆਂ ਰਲ ਕੇ ਪੰਜਾਬ ਵਿੱਚ ਖੂਬ ਕਰਪਸ਼ਨ ਕੀਤੀ ਸੀ, ਰੱਜ ਕੇ ਭ੍ਰਿਸ਼ਟਾਚਾਰ ਕੀਤਾ ਸੀ। ਅੱਜ ਉਸ ਭ੍ਰਿਸ਼ਟਾਚਾਰ ਦਾ ਖਾਤਮਾ ਪੰਜਾਬ ਵਿੱਚ ਹੋ ਰਿਹਾ ਗਾ। ਸਾਡੀ ਗਰੰਟੀ ਸੀ ਕਿ ਜਿਹੜੇ ਕਿ ਸਾਡੇ ਸੈਨਿਕ ਸਰਹੱਦਾਂ ਦੇ ਉੱਤੇ ਦੇਸ਼ ਦੇ ਲਈ ਕੁਰਬਾਨ ਹੋ ਜਾਂਦੇ ਨੇ, ਸ਼ਹੀਦ ਹੋ ਜਾਂਦੇ ਨੇ, ਉਹਨਾਂ ਦੇ ਪਰਿਵਾਰਾਂ ਦੇ ਲਈ 1 ਕਰੋੜ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀਗਾ। ਉਹ ਗਰੰਟੀ ਪੂਰੀ ਹੋ ਚੁੱਕੀ ਆ। ਸੋ ਸਾਰੀਆਂ ਗਰੰਟੀਆਂ ਸਮੇਂ ਸਿਰ ਪੂਰੀਆਂ ਹੋ ਰਹੀਆਂ ਨੇਗੀਆਂ। ਜਿੰਨੇ ਵਾਅਦੇ ਕੀਤੇ ਸੀਗੇ ਪਹਿਲੀ ਸਰਕਾਰ ਆ, ਸਾਰੇ ਵਾਅਦਿਆਂ ਦੇ ਉੱਤੇ ਕੰਮ ਸ਼ੁਰੂ ਹੋ ਚੁੱਕਿਆ ਗਾ। ਔਰ ਪਹਿਲੀ ਵਾਰ ਆ ਗਿਆ ਕਿ ਸਰਕਾਰ ਬਣਨ ਦੇ ਪਹਿਲੇ ਸਾਲ ਅੰਦਰ ਹੀ 25,000 ਤੋਂ ਵੱਧ ਨੌਜਵਾਨ, ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਹੈਗਾ ਉਹ ਸਰਕਾਰੀ ਨੌਕਰੀਆਂ ਮਿਲ ਚੁੱਕੀਆਂ ਨੇ। ਦੇਖੋ ਰਾਹੁਲ ਗਾਂਧੀ ਜੀ, ਮੈਂ ਸਮਝਦਾ ਆਪਣੀ ਜਿਹੜੀ ਬਚੀ ਖੁਚੀ ਕਾਂਗਰਸ ਆ ਉਹਨੂੰ ਬਚਾਉਣ ਦਾ ਯਤਨ ਕਰ ਰਹੇ। ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਗਭਗ 271 ਡਾਕਟਰਾਂ ਨੂੰ ਜਿਹੜਾ ਹੈਗਾ ਉਹ ਨਿਯੁਕਤੀ ਪੱਤਰ ਦਿੱਤੇ ਨੇਗੇ। ਇਹ ਪਹਿਲੀ ਵਾਰ ਹੋਇਆ, ਪਿਛਲੇ 5 ਸਾਲ ਇੱਕ ਵੀ ਡਾਕਟਰ ਪੰਜਾਬ ਦੀ ਸਰਕਾਰ ਦੇ ਉੱਤੇ ਭਰਤੀ ਹੋਣ ਲਈ ਨਹੀਂ ਆਇਆ। ਪਹਿਲੀ ਵਾਰ ਹੋਇਆ ਕਿ ਪੋਜ਼ਿਟਿਵ ਪੱਖ ਇਹ ਹੈਗਾ ਕਿ ਪੰਜਾਬ ਦੇ ਅੰਦਰ ਪਹਿਲੀ ਵਾਰ ਡਾਕਟਰ ਭਰਤੀ ਹੋ ਰਹੇ, 271 ਡਾਕਟਰ ਪਹਿਲੀ ਵਾਰ ਭਰਤੀ ਹੋ ਰਹੇ ਨੇ। ਤੁਸੀਂ ਆਪਣੇ ਕੈਮਰਿਆਂ ਰਾਹੀਂ ਕਵਰ ਕੀਤਾ ਸੀਗਾ, ਪਿਛਲੀ ਵਾਰ ਕੀ ਹੋਇਆ ਸੀਗਾ, 546 ਪੋਸਟਾਂ ਕੱਢੀਆਂ ਸੀਗੀਆਂ ਪੁਰਾਣੀ ਸਰਕਾਰ ਨੇ, ਕਾਂਗਰਸ ਪਾਰਟੀ ਨੇ। ਕਿਸੇ ਪੰਜਾਬ ਦੇ ਸਿੰਗਲ ਬੰਦੇ ਨੇ ਅਪਲਾਈ ਤੱਕ ਨਹੀਂ ਕੀਤਾ ਸੀਗਾ, ਅਪਲਾਈ ਨਹੀਂ ਕੀਤਾ ਸੀ। ਪਹਿਲੀ ਸਰਕਾਰ ਆ ਜਿਹਦੇ ਅਧੀਨ 271 ਡਾਕਟਰਾਂ ਨੂੰ, ਕੱਲ੍ਹ ਸਪੈਸ਼ਲਿਸਟ ਡਾਕਟਰਾਂ ਨੂੰ ਜਿਹੜਾ ਹੈਗਾ ਕੱਲ੍ਹ ਨਿਯੁਕਤੀ ਪੱਤਰ ਜਾਰੀ ਹੋਇਆ। ਆਪਾਂ ਮੁਹੱਲਾ ਕਲੀਨਿਕ ਖੋਲ੍ਹ ਰਹੇ ਹਾਂ ਜੀ, ਜੇ ਆਪਾਂ ਮੋਗੇ ਦੀ ਗੱਲ ਕਰੀਏ ਤਾਂ ਮੋਗੇ ਦੇ ਵਿੱਚ ਇੱਕ ਪ੍ਰੋਜੈਕਟ ਜਿਹੜਾ ਹੈਗਾ ਬਣ ਕੇ ਤਿਆਰ ਹੋ ਚੁੱਕਿਆ, 1 ਕਰੋੜ ਰੁਪਏ ਦਾ ਜੀ ਆਜੂ ਬਾਈ ਉਹਦਾ ਹਾਲ ਤੱਕ ਉਦਘਾਟਨ ਨਹੀਂ ਹੋ ਰਿਹਾ ਜੀ, ਔਰ ਬਿਲਡਿੰਗ ਐਡੀ ਫਸਟ ਕਲਾਸ ਬਣੀ ਪਈ ਆ। ਮੈਂ ਮਿਨਿਸਟਰ ਸਾਹਿਬਾਨ ਦੇ ਨਾਲ ਗੱਲ ਕਰਕੇ, ਹੈਲਥ ਮਿਨਿਸਟਰ ਸਾਹਿਬਾਨ ਦੇ ਨਾਲ ਗੱਲ ਕਰਕੇ ਮਸਲੇ ਦਾ ਹੱਲ ਕਰਾਂਗੇ। ਜਿਹੜੇ ਹੈਗੇ ਆ ਉਹਨਾਂ ਨੇ 499-500 ਜਿਹੜਾ ਹੈਗਾ ਡੈਫਾਮੇਸ਼ਨ ਦੀ ਇੱਕ ਕੰਪਲੇਂਟ ਫਾਈਲ ਕੀਤੀ ਹੋਈ ਸੀ, ਉਹਦੇ ਵਿੱਚ ਜਿਹੜਾ ਹੈਗਾ ਨੋਟਸ ਪੋਰਟਲ ਤੋਂ ਗਿਆ ਸੀ, ਉਹਦੇ ਵਿੱਚ ਅਸੀਂ ਅੱਜ ਜਿਹੜਾ ਹੈਗਾ ਚੀਮਾ ਸਾਹਿਬ ਦੇ ਨਾਲ ਅੱਜ ਪੇਸ਼ ਹੋਏ ਹਾਂ ਕੋਰਟ ਦੇ ਵਿੱਚ, ਅਤੇ ਉਹਦੇ ਵਿੱਚ ਅਸੀਂ ਅੱਜ ਬਿਲ ਬੌਂਡ ਵਗੈਰਾ ਭਰਦੇ ਹੈਗੇ ਆ। ਬਸ ਇਹਦੇ ਵਿੱਚ ਇੰਨੀ ਕੁ ਫਾਰਮੈਲਿਟੀ ਅੱਜ ਹੋਈ ਹੈ। ਕੀ ਜ਼ਮਾਨਤ ਮਿਲੀ ਹੈ ਜੀ? ਨਹੀਂ, ਇਹਦੇ ਵਿੱਚ ਸ਼ੋਰਟੀ ਬੌਂਡ ਵਗੈਰਾ ਜਿਹੜੇ ਸੀਗੇ ਕੋਰਟ ਦੀ ਰਿਕੁਆਇਰਮੈਂਟ ਸੀ ਉਹ ਅਸੀਂ ਅੱਜ ਪੂਰੀ ਕੀਤੀ। ਕਿੰਨੀ ਡੈਫਾਮੇਸ਼ਨ ਕਿੰਨੀ ਸੀ? ਇਹ ਡੈਫਾਮੇਸ਼ਨ ਇਹਦੇ ਵਿੱਚ ਨਹੀਂ ਹੁੰਦੀ, ਇਹ ਕੰਪਲੇਂਟ ਹੈਗੀ ਆ। ਡੈਫਾਮੇਸ਼ਨ ਦਾ ਕੇਸ ਕੋਈ ਹਜੇ ਨਹੀਂ ਫਾਈਲ ਹੋਇਆ, ਇਹ ਜਿਹੜੀ ਹੈਗੀ ਆ IPC ਥੱਲੇ ਜਿਹੜਾ ਹੈਗਾ 499-500 ਦੀ ਕੰਪਲੇਂਟ।
केस हैगा मेरे विरुद्ध उन्होंने ने कोई बयान किए सी उदों जिहड़े च मैं उन्हां दे उत्ते मानहानी का केस किया मानयोग अदालत में और मेरे ख्याल 2.5 साल हो गए उस केस चलते दो बारी उन्होंने समन भी हुए अज अखीर पेश होना ही सी उन्होंने एक बार पेश होना ही पैना सी अज पता लग्या मैनू कि वह पेश हो के गए है और जो मानयोग अदालत फैसला करूगी उहदे पाबंद हर एक नूं रहना ही पैणा। चीमा साहब ने एक प्रैस कॉन्फ्रेंस करके मेरे उत्ते इल्जाम लाए सीगे कि एक्सिस बैंक जीतवाल दे विच किसी सरकारी जिहड़े हैगे आ पैसे मेरे खाते च आए ते ओ जदके अजीतवाल च एक्सिस बैंक दी ब्रांच ही है नहीं। सो ये गलत सी उन्होंने किसी ने तथ्य सही नहीं दिते ते उन्होंने भी वो तथ्यों बिना वेरीफाई किए प्रैस कॉन्फ्रेंस करती। सो उहदे च उन्होंने नोट्स भेजिया सी पर उन्होंने उन्हों रिप्लाई नहीं किया। सो उहदे तो बाद फिर मैनू मानहानी का केस करना पिया वह चलदे नूं अज वह पेश होए मैनू पता लग्या। इस तरह है कि ये डॉक्टर हरजोत कमल जी वालों हरपाल चीमा जी दे जो 10/6/2020 एक प्रैस कॉन्फ्रेंस चंडीगढ़ विखे की थी जिदे च उन्होंने इल्जाम लगाए सी इन्हां दे खिलाफ कि इन्होंने घपला किया 105B जो हाईवे नवा इत्थे लंघना मोगा विच दी उस दे विच वड्डी रकम का घपला किते एक जगह पर कह रहे 350 करोड़ किते 360 करोड़ कह रहे हैं तो उस विचों गबन करके इन्होंने रकम अपने खाते अजीतवाल एक्सिस बैंक दे विच जमा करवा ली पर जिस विच कोई सच्चाई नहीं सी। इन्हां ने अपने वालों लीगल नोटिस भी भेजिया हरपाल चीमा जी नूं भी तुहाडे वालों जो इल्जाम मेरे खिलाफ मीडिया दे विच प्रैस कॉन्फ्रेंस करके चंडीगढ़ विखे 10/6/2020 लगाए आ वह सरासर गलत है झूठे है तो तुसीं इस दे बारे निखेधी करो तो अपने वालों माफ़ी मंगो पर नहीं उन्हां वालों किसी तरह का इसका जवाब नहीं आया तो इस करके जिहड़ा हैगा डॉक्टर हरजोत कमल जी होरां ने फिर मेरे राही एक मानयोग कोर्ट के इस्तगासा दायर किया जिस विच कि उन्होंने उन्हों की इज्जत हद की है तो अंडर सैक्शन 499-500 IPC के तहत उस विच असी सारे जिहड़े हैगे अपने गवाहान वगैरह के बयान करवाए जिस विच वो मीडिया के बंदे सारे संबंधित जिहड़ा है अपना प्रिंट मीडिया इलैक्ट्रॉनिक मीडिया के सारे गवाहान करवा के उस तो बाद मानयोग कोर्ट ने डॉक्टर श्री हरपाल चीमा जी मौजूदा फाइनेंस मिनिस्टर साहब नूं बतौर दोषी तलब कर लिया सी जिस विच अज उन्होंने अपनी जमानत मचल के जमानती मचल के भर दिती है क्योंकि दोनों ही धाराव जमानत योग धाराव है इस करके उन्होंने हाजिर जमानत मिल गई पेश हो के हुण मानयोग कोर्ट ने यह केस अगे 4 फरवरी 2023 वास्ते मुकर्रर किया जिस असी अपने जिहड़े हैगे आ गवाहां नूं मुड़ पेश करांगे तो इन्हां नूं उन्हां गवाहां ते श्री चीमा जी दे वकील साहब नूं मौका मिलेगा ये जवाब तलबी करन दा इस ते उन्हां नूं क्रॉस जिरा करनगे।